ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ 30 ਜਨਵਰੀ ਦੀਆਂ ਕੁਝ ਮੁੱਖ ਵੱਡੀਆਂ ਖਬਰਾਂ ਪੰਜਾਬ ਅਤੇ ਦੇਸ਼ ਦੇ ਸਬੰਧਤ ਲੈ ਕੇ ਹਾਜ਼ਰ ਹਾਂ ਕਿ ਪਿਛਲੇ ਦਿਨੀ ਕੀ ਕੀ ਹਲਚਲ ਪੰਜਾਬ ਦੇ ਵਿੱਚ ਹੋਈ ਹੈ ਕੀ ਨਵੀਆਂ ਖਬਰਾਂ ਸੁਰਖੀਆਂ ਸਾਹਮਣੇ ਆਈਆਂ ਨੇ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ bắtਦਿਆਂ ਪਹਿਲੀ ਖਬਰ ਵੱਲ ਪਹਿਲੀ ਖਬਰ ਆ ਰਹੀ ਹੈ ਕਿ ਮੁੱਖ ਮੰਤਰੀ ਵੱਲੋਂ ਸਿੰਗੂ ਬਾਰਡਰ ਤੇ ਵਾਪਰੀ ਹਿੰਸਾ ਦੀ ਨਿੰਦਾ ਕੀਤੀ ਗਈ ਅਜਿਹਾ ਕੁਝ ਹੀ ਪਾਕਿਸਤਾਨ ਚਾਹੁੰਦਾ ਹੈ ਉਹਨਾਂ ਨੇ ਉਦਾਹਰਨ ਦੇ ਕੇ ਦੱਸਿਆ ਕੇਂਦਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਜਾਰੀ ਰਹਿਣ ਤੇ ਵੀ ਉਹਨਾਂ ਨੇ ਜ਼ੋਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਹੁੰਦਾ ਤਾਂ ਹੁਣ ਤੱਕ ਮਸਲੇ ਦਾ ਹੱਲ ਕਰ ਦਿੰਦਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਮਸਲੇ ਨੂੰ ਹੱਲ ਕਰਨ ਦੇ ਵਿੱਚ ਨਾ ਕਾਮਯਾਬੀ ਜਿਹੜੀ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਤੇ ਉਹਨਾਂ ਨੇ ਜ਼ੋਰ ਪਾ ਕੇ ਕਿਹਾ ਕਿ ਜਲਦ ਤੋਂ ਜਲਦ ਇਸ ਕਿਸਾਨ ਅੰਦੋਲਨ ਦੀਆਂ ਮੰਗਾਂ ਮੰਨ ਕੇ ਇਸ ਦਾ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਤਾਂ ਜੋ ਕਿਸਾਨ ਪਰਿਵਾਰ ਵੀ ਆਪਣੇ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ। ਤੇ ਅਗਲੀ ਖਬਰ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਵੀ ਸਿੰਘੂ ਅਤੇ ਗਾਜੀਪੁਰ ਬਾਰਡਰਾਂ ਤੇ ਹਿੰਸਾ ਝਟਕਾਉਣ ਲਈ ਭਾਜਪਾ ਦੀ ਨੀਤੀ ਦੀਆਂ ਨਿਖੇਦੀ ਕੀਤੀ ਹੈ। ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਭਾਜਪਾ ਵਰਕਰਾਂ ਨੂੰ ਹਿੰਸਾ ਤੇ ਉਤਾਰੂ ਹੋਣ ਤੋਂ ਰੋਕਿਆ ਜਾਵੇ ਤੇ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਤੇ ਆਰਐਸਐਸ ਦੇ ਕੁਝ ਨਕਲੀ ਖਰੀਦੇ ਹੋਏ ਗੁੰਡੇ ਲਗਾਤਾਰ ਇਹਨਾਂ ਬਾਰਡਰਾਂ ਤੇ ਆ ਕੇ ਕਿਸਾਨ ਅੰਦੋਲਨ ਨੂੰ ਪਟਕਾਉਣ ਦੀ ਹਿੰਸਾ ਕਰ ਰਹੇ ਨੇ ਤੇ ਲਗਾਤਾਰ ਆਪਣੇ ਯਤਨ ਕਰ ਰਹੇ ਨੇ ਤਾਂ ਉਹਨਾਂ ਨੇ ਕਿਹਾ ਹੈ ਕਿ ਬੀਜੇਪੀ ਨੂੰ ਇਸ ਸਬੰਧੀ ਸਖਤ ਤੋਂ ਸਖਤ ਕਦਮ ਚੁੱਕਣਾ ਚਾਹੀਦਾ ਹੈ ਤੇ ਆਪਣੀਆਂ ਇਹਨਾਂ ਨੀਤੀਆਂ ਤੋਂ ਬਾਜ਼ ਆ ਜਾਣਾ ਚਾਹੀਦਾ ਹੈ ਤੇ ਅਗਲੀ ਖਬਰ ਹੈ ਕਿ ਕਿਸ ਸ਼੍ਰੋਮਣੀ ਕਾਲੀ ਦਲ ਵੱਲੋਂ ਆਪਣੇ ਵਰਕਰਾਂ ਨੂੰ ਤਿੰਨੇ ਬਾਰਡਰਾਂ ਦੇ ਉੱਪਰ ਧਰਨੇ ਵਾਲੀ ਥਾਵਾਂ ਤੇ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ ਕਿਸਾਨ ਤੇ ਸੀਨੀਅਰ ਪੱਤਰਕਾਰਾਂ ਨੂੰ ਯੂਏਪੀਏ ਦੀ ਦੁਰਵਤੋਂ ਕਰਕੇ ਡਰਾਉਣ ਦੀ ਵੀ ਉਹਨਾਂ ਨੇ ਨਖੇਦੀ ਕੀਤੀ ਹੈ ਤੇ ਸ਼੍ਰੋਮਣੀ ਕਾਲੀ ਦਲ ਨੇ ਆਪਣੇ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵੱਡੀ ਗਿਣਤੀ ਵਿੱਚ ਦਿੱਲੀ ਦੇ ਤਿੰਨੇ ਬਾਰਡਰਾਂ ਵਾਲੇ ਧਰਨਾ ਵਾਲੀ ਥਾਵਾਂ ਤੇ ਪਹੁੰਚਣ ਜਿਹਾ ਜੋ ਕਿਸਾਨ ਅੰਦੋਲਨ ਨੂੰ ਹੁਲਾਰਾ ਦਿੱਤਾ ਜਾ ਸਕੇ ਤੇ ਜੋ ਵੀ ਉੱਥੇ ਨਗਲੀ ਗੁੰਡਿਆਕੇ ਮਾਹੌਲ ਭੰਗ ਕਰ ਰਹੇ ਹਨ ਤਾਂ ਉਹਨਾਂ ਨੂੰ ਵੀ ਸਬਕ ਸਿਖਾਇਆ ਜਾ ਸਕੇ ਤੇ ਅਗਲੀ ਖਬਰ ਹੈ ਕਿ ਮਹਾਤਮਾ ਗਾਂਧੀ ਜੀ ਦੇ ਸ਼ਹੀਦੀ ਦਿਹਾੜੇ ਤੇ ਦੇਸ਼ ਚ ਮਨਾਇਆ ਜਾਵੇਗਾ ਸਦਭਾਵਨਾ ਦਿਵਸ ਸੰਯੁਕਤ ਕਿਸਾਨ ਮੋਰਚਾ ਨੇ ਕੀਤਾ ਐਲਾਨ ਸੰਯੁਕਤ ਕਿਸਾਨ ਮੋਰਚਾ ਵੱਲੋਂ ਪ੍ਰਸਤਾਵਿਤ ਮਹਾਤਮਾ ਗਾਂਧੀ ਜੀ ਦੇ ਸ਼ਹੀਦੀ ਦਿਹਾੜੇ ਤੇ ਦਿੱਲੀ ਦੀਆਂ ਸਰਹੱਦਾਂ ਅਤੇ ਭਾਰਤ ਵੱਲ ਚਰ ਰਹੇ ਧਾਰਨਿਆਂ ਤੇ ਇੱਕ ਰੋਜ਼ਾ ਵਰਤ ਰੱਖ ਕੇ ਸਦਭਾਵਨਾ ਦਿਵਸ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਅਗਲੀ ਖਬਰ ਹੈ ਕਿ ਮੁੱਖ ਮੰਤਰੀ ਕੈਪਟਨ ਵਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਰਤਾਂ ਦੇ ਸਹਾਈਤ 1 ਫਰਵਰੀ ਤੋਂ 2021 ਤੋਂ ਪ੍ਰੀ ਪ੍ਰਾਇਮਰੀ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਸੂਬੇ ਦੇ ਸਾਰੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ 1 ਫਰਵਰੀ ਤੋਂ ਇਹ ਸਾਰੇ ਸਰਕਾਰੀ ਸਕੂਲ ਛੋਟੀਆਂ ਜਮਾਤਾਂ ਲਈ ਖੋਲ ਦਿੱਤੇ ਜਾਣਗੇ ਤੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਹਿਲੇ ਕਈ ਪੜਾਵਾਂ ਦੇ ਵਿੱਚ 9ਵੀਂ ਤੋਂ 12ਵੀਂ ਫਿਰ ਦੂਜੇ ਪੜਾਅ ਦੇ ਵਿੱਚ 5ਵੀਂ 8ਵੀਂ ਤੇ ਤੀਜੇ ਦੇ ਵਿੱਚ ਤੀਜੀ ਅਤੇ ਚੌਥੀ ਜਮਾਤਾਂ ਲਈ ਵਿਦਿਆਰਥੀਆਂ ਨੂੰ ਸਕੂਲ ਖੋਲੇ ਜਾ ਚੁੱਕੇ ਨੇ ਅਤੇ ਹੁਣ ਨਰਪਰੀ ਪ੍ਰਾਇਮਰੀ ਪਹਿਲੀ ਅਤੇ ਦੂਜੀ ਜਮਾਤ ਲਈ ਵੀ ਸਕੂਲ ਖੋਲਣ ਦੀ ਆਗਿਆ ਦੇ ਦਿੱਤੀ ਗਈ ਹੈ ਤੇ ਅਗਲੀ ਖਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰੀ ਏਜੰਸੀਆਂ ਰਾਹੀਂ ਕਿਸਾਨ ਸੰਘਰਸ਼ ਸ਼ਾਬੂ ਤਾਜ ਕਰਨ ਨਹੀਂ ਦੇਵੇਗਾ ਸੁਖਵੀਰ ਬਾਦਲ ਨੇ ਇੱਕ ਹੋਰ ਬਿਆਨ ਜਾਰੀ ਕੀਤਾ ਅਕਾਲੀ ਦਲ ਦੇ ਬਫਦ ਵੱਲੋਂ ਕਿਸਾਨ ਆਗੂ ਰਕੇਸ਼ ਟਕਾਤ ਨਾਲ ਮੁਲਾਕਾਤ ਕੀਤੀ ਗਈ ਤੇ ਪੂਰੀ ਹਮਾਇਤ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਕਿਹਾ ਹੈ ਕਿ ਜੋ ਵੀ ਸਰਕਾਰੀ ਏਜੰਸੀਆਂ ਰਾਹੀਂ ਕਿਸਾਨ ਸੰਘਰਸ਼ ਨੂੰ ਇਹ ਟਾਲਣ ਦਾ ਜੋ ਯਤਨ ਕਰ ਰਹੇ ਨੇ ਉਹਨਾਂ ਨੂੰ ਅਕਾਲੀ ਦਲ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ ਤੇ ਹਰ ਹਾਲ ਵਿੱਚ ਕਿਸਾਨਾਂ ਨਾਲ ਖੜੇਗਾ ਤੇ ਅਗਲੀ ਖਬਰ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਨੇ ਕਿਸਾਨਾਂ ਦੇ ਹੱਕ 'ਚ ਕੀਤਾ ਵੱਡਾ ਐਲਾਨ ਇਕੱਠੇ ਹੋਏ ਵਕੀਲਾਂ ਨੇ 30 ਜਨਵਰੀ ਨੂੰ ਮਹਾਤਮਾ ਗਾਂਧੀ ਦੀ ਵਰ੍ਹੇਗੰਢ ਮੌਕੇ ਸੈਕਟਰ 17 ਚੰਡੀਗੜ੍ਹ ਦੇ ਪਲਾਜ਼ਾ ਵਿਖੇ ਸ਼ਾਂਤਮਈ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ ਤੇ ਅੱਗੇ ਆਉਣ ਵਾਲੀਆਂ ਸਮਾਗਮਾਂ ਦੀ ਯੋਜਨਾਬੰਦੀ ਕਰਕੇ ਕਿਸਾਨਾਂ ਦੇ ਹੱਕ ਵਿੱਚ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ ਤੇ ਇਸ ਮੌਕੇ ਉਹਨਾਂ ਨੇ 72ਵੇਂ ਰਿਪਬਲਿਕ ਦਿਨ ਵਾਲੇ ਲਾਲ ਕਿਲਾ ਵਿਖੇ ਹੋਏ ਉਲੰਘਣਾ ਵਿਰੁੱਧ ਪੁਲਿਸ ਅਤੇ ਸਰਕਾਰ ਦੀ ਭੂਮਿਕਾ ਦੀ ਵੀ ਕਾਫੀ ਡਟ ਕੇ ਨਖੇਦੀ ਕੀਤੀ ਹੈ। ਤੇ ਅਗਲੀ ਖਬਰ ਹੈ ਕਿ ਦਿੱਲੀ ਵਿਖੇ ਇਜ਼ਰਾਈਲੀ ਦੂਤਾ ਘਰ ਦੇ ਬਾਹਰ ਜ਼ਬਰਦਸਤ ਧਮਾਕਾ ਗੱਡੀਆਂ ਦੇ ਸ਼ੀਸ਼ੇ ਟੁੱਟੇ। ਰਾਜਧਾਨੀ ਦੇ ਔਰੰਗਜ਼ੇਬ ਰੋਡ ਤੇ ਇਜ਼ਰਾਈਲੀ ਦੂਤਾਵਾਸ ਦੇ ਸਾਹਮਣੇ ਕੁਝ ਸਮੇਂ ਪਹਿਲਾਂ ਕੱਲ ਪੁਲਿਸ ਦੇ ਸਾਹਮਣੇ ਹੀ ਮਾਫ ਕਰਨਾ ਇਜ਼ਰਾਈਲੀ ਦੂਤਾ ਘਰ ਦੇ ਸਾਹਮਣੇ ਧਮਾਕੇ ਹੋਣ ਦੀ ਖਬਰ ਮਿਲੀ ਹੈ ਜਿਸ ਦੇ ਵਿੱਚ ਕਈ ਤਰ੍ਹਾਂ ਦਾ ਨੁਕਸਾਨ ਹੋਣ ਦਾ ਮਿਲਿਆ ਹੈ ਕੀ ਖਬਰ ਮਿਲੀ ਹੈ ਕਿ ਗੱਡੀਆਂ ਦੇ ਸ਼ੀਸ਼ੇ ਵੀ ਟੁੱਟੇ ਨੇ ਤੇ ਹੋਰ ਵੀ ਕੋਈ ਨੁਕਸਾਨ ਹੋਇਆ ਹੈ ਪਰ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਆ ਉਹ ਹਾਲੇ ਤੱਕ ਕੋਈ ਵੀ ਨਹੀਂ ਮਿਲੀ ਹੈ ਤੇ ਇਸ ਤੋਂ ਬਾਅਦ ਪੁਲਿਸ ਨੇ ਸਭ ਦਿੱਲੀ ਦੇ ਖੇਤਰਾਂ ਦੇ ਵਿੱਚ ਇਹ ਰਿਪੋਰਟ ਮੈਟਰੋ ਸਟੇਸ਼ਨ ਤੇ ਹੋਰ ਭੀੜ ਭੜੱਕੇ ਵਾਲੇ ਸਟਾਮਾਂ ਤੇ ਸੁਰੱਖਿਆ ਵਧਾ ਦਿੱਤੀ ਹੈ ਤੇ ਅਗਲੀ ਖਬਰ ਹੈ ਕਿ ਹਰਿਆਣਾ ਸਰਕਾਰ ਨੇ 15 ਜ਼ਿਲ੍ਹਿਆਂ 'ਚ ਇੰਟਰਨੈਟ ਸਰਵਿਸ ਤੇ ਲਾਈ ਟਰੋਕ ਕਿਸਾਨ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਹਰਿਆਣਾ ਦੀ ਭਾਜਪਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਰਾਜ ਦੇ 15 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸਰਵਮਾਂ ਨੂੰ ਪਾਬੰਦੀ ਲਗਾ ਦਿੱਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅੰਬਾਲਾ, ਜਮਨਾ ਨਗਰ, ਕੁਰੂਕਸ਼ੇਤਰ, ਕਰਨਾਲ, ਕੈਥਲ, ਪਾਣੀਪਤ, ਹਿਸਾਰ, ਜੀਂਦ, ਰੋहतक, ਭਵਾਨੀ, ਚਰਖੀਦਾਦਰੀ, ਫਤਿਹਗੜ੍ਹ ਸਾਹਿਬ, ਰੇਵੜੀ ਅਤੇ ਸਿਰਸਾ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵੌਇਸ ਕਾਲਾਂ ਨੂੰ ਛੱਡ ਕੇ ਬਾਕੀ ਸਾਰੀਆਂ ਇੰਟਰਨੈਟ ਅਤੇ ਹੋਰ ਕਾਲ ਸਰਵਮਾਂ ਬੰਦ ਕਰ ਦਿੱਤੀਆਂ ਗਈਆਂ ਤੇ ਅਗਲੀ ਖਬਰ ਹੈ ਕਿ ਕੇਂਦਰ ਸਰਕਾਰ ਖਿਲਾਫ ਅੰਨਾ ਹਜ਼ਾਰੇ 30 ਜਨਵਰੀ ਤੋਂ ਹਰਲੇ ਗਣ ਸਿੱਧੀ ਤੇ ਮੰਨ ਵਰਤ ਕਰਨਗੇ ਸਮਰਥਕਾਂ ਨੂੰ ਕੀਤੀ ਅਪੀਲ ਅੰਨਾ ਹਜ਼ਾਰੇ ਦਾ ਕਹਿਣਾ ਹੈ ਕਿ ਉਹ ਕੇਂਦਰ ਸਰਕਾਰ ਨੂੰ ਲਗਾਤਾਰ 2018 ਤੋਂ ਸੁਵਾਮੀ ਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਲਾਗੂ ਕਰਨ ਲਈ ਬੇਨਤੀ ਕਰ ਰਹੇ ਹਨ ਪਰ ਉਹਨਾਂ ਦੀ ਗੱਲ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਹੁਣ 30 ਜਨਵਰੀ ਤੋਂ ਮਰਨ ਵਰਤ ਰੱਖਣ ਦਾ ਫੈਸਲਾ ਲਿਆ ਹੈ ਤੇ ਇਸ ਸੂਤਰਾਂ ਤੋਂ ਜੋ ਖਬਰ ਮਿਲੀ ਹੈ ਉਸ ਦੇ ਮੁਤਾਬਕ 90000 ਨੂੰ ਮਨਾਉਣ ਲਈ ਪਹਿਲਾਂ ਹੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਸ ਸਰਕਾਰ ਵੱਲੋਂ ਕਈਆਂ ਮੰਤਰੀਆਂ ਦੀ ਡਿਊਟੀ 90000 ਉੱਪਰ ਲਗਾ ਦਿੱਤੀ ਗਈ ਹੈ। ਤੇ ਅਗਲੀ ਖਬਰ ਆ ਰਹੀ ਹੈ ਕਿ ਜੰਮੂ ਕਸ਼ਮੀਰ ਦੇ ਤਰਾਲ 'ਚ ਫੌਜ ਨੇ ਕੀਤੇ ਹੇਜੂਲ ਦੇ ਤਿੰਨ ਅੱਤਵਾਦੀ ਡੇਰ ਬੀਤੇ ਕੁਝ ਸਮੇਂ ਤੋਂ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਪਰ ਭਾਰਤੀ ਫੌਜ ਆਪਣੀ ਸਤਰਕਤਾ ਤੇ ਜਾਂਬਾਜੀ ਨਾਲ ਇਹਨਾਂ ਅੱਤਵਾਦੀਆਂ ਦੇ ਮਨਸੂਬੇ ਨਾਕਾਮ ਕਰ ਰਹੀ ਹੈ। ਤਾਜ਼ਾ ਮਿਲੀ ਖਬਰ ਦੇ ਮੁਤਾਬਕ ਜੰਮੂ ਕਸ਼ਮੀਰ ਦੇ ਤਰਾਲ ਦੇ ਸੁਰੱਖਿਆ ਫੋਰਸਾਂ ਤੇ ਅੱਤਵਾਦੀਆਂ ਵਿਚਾਲੇ ਸ਼ੁੱਕਰਵਾਰ ਨੂੰ ਮੁਕਾਬਲੇ ਵਿੱਚ ਤਿੰਨ ਅਤਵਾਦੀਆਂ ਨੂੰ ਢੇਰ ਕੀਤਾ ਗਿਆ ਹੈ ਤੇ ਅਗਲੀ ਖਬਰ ਆ ਰਹੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਬੀਜੇਪੀ ਸਰਕਾਰ ਹੁਣ ਤਿੰਨ ਕਿਸਾਨ ਵਿਰੋਧੀ ਬਿੱਲਾਂ ਨੂੰ ਸ਼ਾਂਤਮਈ ਚੱਲ ਰੇ ਕਿਸਾਨ ਅੰਦੋਲਨ ਨੂੰ ਸੰਪਰਦਾਇ ਰੰਗ ਦੇ ਰਹੀ ਹੈ ਪਿਛਲੇ 3 ਦਿਨਾਂ ਤੋਂ ਸਰਕਾਰ ਨੇ ਜਿਸ ਤਰ੍ਹਾਂ ਗਾਜੀਪੁਰ ਸਰਦ ਤੇ ਸਿੰਘੂ ਸਰਹੱਦ ਤੇ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਅਸਫਲ ਰੂਪ ਤੇ ਕੀਤੀਆਂ ਹਨ ਤਾਂ ਉਹਨਾਂ ਦਾ ਸਾਬਤ ਹੁੰਦਾ ਹੈ ਕਿ ਪੁਲਿਸ ਭਾਜਪਾ ਤੇ ਆਰਐਸਐਸ ਦੇ ਲੋਕ ਇਸ ਅੰਦੋਲਨ ਨੂੰ ਖਤਮ ਕਰਨ ਲਈ ਸਖਤ ਚਾਜਾਂ ਰਚ ਰਹੇ ਹਨ ਤੇ ਉਹਨਾਂ ਨੇ ਇਹ ਕਿਹਾ ਕਿ ਇਸ ਤਰ੍ਹਾਂ ਦੀਆਂ ਅਸਫਲ ਕੋਸ਼ਿਸ਼ਾਂ ਟਿਗਰੀ ਬਾਰਡਰ ਤੇ ਵੀ ਕੀਤੀਆਂ ਗਈਆਂ ਹਨ ਸੰਯੁਕਤ ਕਿਸਾਨ ਮੋਰਚਾ ਗਾਜੀਪੁਰ ਦੀ ਸਰਹੱਦ ਤੇ ਪਹੁੰਚੇ ਕਿਸਾਨ ਦੇ ਪਿਆਰ ਅਤੇ ਸਤਿਕਾਰ ਦਾ ਧੰਨਵਾਦ ਦੀਆਂ ਉਹਨਾਂ ਨੇ ਅਪੀਲ ਕੀਤੀ ਦਨਾਲ ਕੇ ਸਰਕਾਰ ਤੇ ਕਈ ਸੰਸਥਾਵਾਂ ਦਾਵਾ ਕਰ ਰਹੀਆਂ ਹਨ ਕਿ ਕੱਲ੍ਹ ਸ਼ਾਮ ਤੱਕ ਗਾਜੀਪੁਰ ਧਰਨਾ ਬੰਦ ਕਰ ਦਿੱਤਾ ਜਾਵੇਗਾ ਪਰ ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਕਿਸਾਨਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਤੇ ਹੁਣ ਇਕੱਠ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਡੇ ਪੱਧਰ ਉੱਪਰ ਹੋ ਗਿਆ ਹੈ। ਤੇ ਅਗਲੀ ਖਬਰ ਹੈ ਕਿ ਅਗਲੇ ਮਹੀਨੇ ਤੋਂ ਪਾਕਿਸਤਾਨ ਯਾਤਰਾ ਦੇ ਚਾਹਵਾਂ ਲੋਕਾਂ ਨੂੰ ਇਲੈਕਟ੍ਰੋਨਿਕ ਵੀਜ਼ੇ ਲਈ ਦੇਣੀ ਪਵੇਗੀ ਅਰਜੀ। ਪਾਕਿਸਤਾਨ ਨੇ ਸੋਮਵਾਰ ਤੋਂ ਆਪਣੇ ਸਾਰੇ ਦੂਤਾਵਾਸ ਵਿੱਚ ਵੀਜ਼ਾ ਜਾਰੀ ਕਰਨ ਤੇ ਰੋਕ ਲਾਉਣ ਦਾ ਐਲਾਨ ਕਰਦੇ ਹੋਏ ਗੈਰ ਰਹਿਸ਼ੀ ਪਾਕਿਸਤਾਨੀਆਂ ਤੇ ਦੇਸ਼ ਦੀ ਯਾਤਰਾ ਕਰਨ ਦੇ ਚਾਹਵਨ ਲੋਕਾਂ ਨੂੰ ਇਲੈਕਟ੍ਰੋਨਿਕ ਵੀਜ਼ੇ ਲਈ ਅਰਜ਼ੀ ਦੇਣ ਦੇ ਲਈ ਕਿਹਾ ਹੈ ਸੋ ਅਗਲੀ ਖਬਰ ਹੈ ਕਿ ਪਾਕਿਸਤਾਨ ਦੇ ਸਿੰਧ ਚ ਸੂਬੇ ਚ 126 ਸਾਲ ਪੁਰਾਣੇ ਇੱਕ ਸ਼ਿਵ ਮੰਦਰ ਦੀ ਬਰੰਮਤ ਕੰਮ ਤੋਂ ਬਾਅਦ ਸ਼ਰਧਾਲੂਆਂ ਲਈ ਉਸ ਨੂੰ ਖੋਲ ਦਿੱਤਾ ਗਿਆ ਹੈ ਇਸ ਦਾ ਪ੍ਰਬੰਧਕੀ ਕੰਟਰੋਲ ਇੱਕ ਸਥਾਨਕ ਹਿੰਦੂ ਸੰਗਠਨ ਨੂੰ ਸੌਂਪ ਦਿੱਤਾ ਗਿਆ ਹੈ ਇੱਕ ਅਧਿਕਾਰੀ ਨੇ ਸ਼ੁਕਰਬਾਨੂਏ ਜਾਣਕਾਰੀ ਦਿੱਤੀ ਪਾਕਿਸਤਾਨ ਚ ਘੱਟ ਗਿਣਤੀ ਦੇ ਧਾਰਮਿਕ ਥਾਵਾਂ ਦੀ ਦੇਖਭਾਲ ਕਰਨ ਵਾਲੇ EVQAI ਟਰਸਟ ਪ੍ਰਾਪਰਟੀ ਬੋਰਡ ਨੇ ਇਹ ਕਿਹਾ ਹੈ ਕਿ ਹਾਲ ਹੀ ਚ ਦੇਸ਼ਵਰ ਦੇ ਦਰਜਨਾ ਮੰਦਰਾਂ ਦਾ ਨਵੀਨੀਕਰਨ ਕੀਤਾ ਗਿਆ ਹੈ ਅਗਲੀ ਖਬਰ ਹੈ ਕਿ ਕੇਂਦਰ ਸਰਕਾਰ ਦੇ ਕਿਸਾਨਾਂ ਦੇ ਵਿਚਾਲੇ ਖੇਤੀਗੁਣਾ ਨੂੰ ਸੰਘਰਸ਼ ਚੱ ਰਹੀ ਹੈ ਸਰਕਾਰ ਨੇ ਹੁਣ ਸਿੰਘੂ ਬਾਰਡਰ ਤੇ ਕਿਸਾਨਾਂ ਦੀ ਮਦਦ ਕਰ ਰਏ ਖਾਲਸਾ ਏਡ ਤੇ ਵੱਡੀ ਕਾਰਵਾਈ ਕੀਤੀ ਸਰਕਾਰ ਨੇ ਸਿੰਘੂ ਬਾਰਡਰ ਤੇ ਖਾਲਸਾ ਏਡ ਦੇ ਬਣੇ ਸ਼ੈਲਟਰ ਹੋਮਸ ਵਿੱਚ ਬਿਜਲੀ ਕਟਵਾ ਦਿੱਤੀ ਤੇ ਬਿਜਲੀ ਵਿਭਾਗ ਦੇ जेई ਨੇ ਕਿਹਾ ਕਿ ਸਾਨੂੰ ਉਪਰੋਕਮ ਆਏ ਹਨ ਤੇ ਐਨਆਈਏ ਵੱਲੋਂ ਵੀ ਖਾਲਸਾ ਏਡ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਇਸ ਦੌਰਾਨ ਖਾਲਸਾ ਏਡ ਇੰਡੀਆ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ